ناول ورولے دی جون 11ویں ਅੰਗ ਦਾ ਬਾਕੀ ਦਾ ਹਿੱਸਾ 15 ਅੰਕ ਮਿੰਟਾਂ ਬਾਅਦ ਥਾਣੇਦਾਰ ਡਾਕਟਰ ਡੀਐਸਪੀ ਤੇ ਉਹਦੀ ਪਤਨੀ ਇਕੱਠੇ ਬਾਹਰ ਆਏ ਡੀਐਸਪੀ ਦੇ ਕੁਝ ਪੁੱਛਣ ਤੇ ਥਾਣੇਦਾਰ ਨੇ ਦੀਪੇ ਰਾਵਲ ਨੂੰ ਗਲ ਕਰਕੇ ਉਹਨਾਂ ਨੂੰ ਕੁਝ ਦੱਸਿਆ ਡੀਐਸਪੀ ਦੀਪੇ ਵੱਲ ਅੱਗੇ ਵਧਿਆ ਤੇ ਉਸ ਵੱਲ ਹੱਥ ਵਧਾਉਂਦੇ ਆ ਕਹਿਣ ਲੱਗਾ ਜੈਂਟਲਮੈਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਪ੍ਰਤਾਪ ਨੂੰ ਹਸਤਾ ਲੈ ਆਏ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ ਦੀਪੇ ਨੇ ਉਸ ਨਾਲ ਹੱਥ ਮਿਲਾਉਂਦੇ ਹੋ ਉਸ ਵੱਲ ਸਵਾਲੀਆ ਨਜ਼ਰਾਂ ਸੁੱਟੀਆਂ ਇਹ ਤਾੜਕੇ ਡੀਐਸਪੀ ਨੇ ਆਪਣਾ ਤਾਰੂਫ ਕਰਾਉਂਦਿਆਂ ਕਿਆ ਜੈਂਟਲਮੈਨ ਮੈਂ ਇਸ ਇਲਾਕੇ ਦਾ ਡੀਐਸਪੀ ਪਰਦਮਨ ਸਿੰਘ ਹਾਂ ਇਹ ਮੇਰੀ ਪਤਨੀ ਅਸਲ 'ਚ ਜਿਸ ਲੜਕੇ ਨੂੰ ਤੁਸੀਂ ਚੁੱਕ ਕੇ ਲਿਆਇਓ ਮੇਰਾ ਹੀ ਬੇਟਾ ਹੈ ਉਹਨੇ ਬਿਆਨ ਦੇ ਦਿੱਤਾ ਕਿ ਕੋਈ ਟਰੱਕ ਵਾਲਾ ਉਹਨੂੰ ਫੇਟ ਮਾਰ ਕੇ ਬਿਨਾਂ ਰੁਕਿਆ ਚਲਾ ਗਿਆ ਹੁਣ ਡਾਕਟਰ ਨੇ ਵੀ ਅੱਗੇ ਵਧ ਕੇ ਦੀਪੇ ਨਾਲ ਹੱਥ ਮਿਲਾਇਆ ਬੜੀ ਹਲੀਮੀ ਨਾਲ ਕਿਆ ਆਈ ਐਮ ਸੌਰੀ ਦੋਸਤ ਅਸਲ 'ਚ ਪੁਲਿਸ ਵਾਲਿਆਂ ਨੂੰ ਮੈਂ ਹੀ ਸੱਦਿਆ ਸੀ ਇਹ ਸਾਡੀ ਡਿਊਟੀ ਦਾ ਹਿੱਸਾ ਹੈ ਮੇਰੀ ਵਜ੍ਹਾ ਨਾਲ ਹੋਈ ਹਰ ਤਕਲੀਫ ਦੀ ਮੈਂ ਮਾਫੀ ਚਾਹੁੰਦਾ ਇਟਸ ਓਕੇ ਡਾਕਟਰ ਕੀ ਹੁਣ ਅਸੀਂ ਜਾ ਸਕਦੇ ਹਾਂ ਦੀਪੇ ਨੇ ਸੁੱਖ ਦਾ ਸਾਹ ਲੈਂਦੇ ਆ ਗਿਆ ਦੀਪੇ ਦੇ ਸਵਾਲ ਦੇ ਜਵਾਬ ਚ ਥਾਣੇਦਾਰ ਗੱਜਣ ਸਿੰਘ ਨੇ ਕਾੜੀ ਨਾਲ ਕਿਹਾ ਹਾਂ ਹਾਂ ਤੁਸੀਂ ਜਾ ਸਕਦੇ ਹੋ ਇਹ ਤੋਂ ਪਹਿਲਾਂ ਕਿ ਦੀਪੇ ਹੋਰੀ ਤੁਰਦੇ ਡੀਐਸਪੀ ਦੇ ਘਰ ਵਾਲੀ ਅੱਗੇ ਆਈ ਤੇ ਦੀਪੇ ਹੋਰਾਂ ਵੱਲ ਦੇਖਦੇ ਆਂ ਬੋਲੀ ਬਾਜੀ ਤੁਸੀਂ ਮੇਰੇ ਇਕਲੌਤੇ ਬੇਟੇ ਲਈ ਰੱਬ ਬਣ ਕੇ ਬੋੜਿਓ ਡਾਕਟਰ ਕਹਿੰਦਾ ਵੀ ਜੇ ਥੋੜਾ ਹੋਰ ਖੂਨ ਵਗ ਜਾਂਦਾ ਕੁਝ ਵੀ ਹੋ ਸਕਦਾ ਸੀ ਮੈਂ ਸਾਰੀ ਉਮਰ ਤੁਹਾਡਾ ਦੇਣ ਨਹੀਂ ਦੇ ਸਕਦੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਾਜੀ ਖੁਸ਼ੀ ਰਹੋ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਜਦੋਂ ਜਨਾਨੀ ਇਹ ਸ਼ਬਦ ਬੋਲ ਰਹੀ ਸੀ ਤਾਂ ਪਿੱਛੇ ਖੜਾ ਡੀਐਸਪੀ ਵੀ ਨਾਲੋਂ ਨਾਲ ਇਦਾਂ ਸਿਰ ਹਿਲਾ ਰਿਹਾ ਸੀ ਜਿਦਾਂ ਉਹਦੀਆਂ ਗੱਲਾਂ ਦੀ ਤਸਦੀਕ ਕਰ ਰਿਹਾ ਹੋਵੇ ਉਹਦੇ ਚਿਹਰੇ ਤੋਂ ਸਾਫ਼ ਪ੍ਰਤੀਤ ਹੋ ਰਿਹਾ ਸੀ ਕਿ ਉਹ ਵੀ ਦਿਲੋਂ ਦੀਪੋਰਾ ਨੂੰ ਦੁਆਵਾਂ ਦੇ ਰਿਹਾ ਹੈ ਭੈਣ ਜੀ ਰੱਬ ਨੇ ਸਾਡੇ ਕੋਲੋਂ ਜੋ ਕਰਾਉਣਾ ਸੀ ਕਰਾ ਲਿਆ ਪਰ ਇੱਕ ਗੱਲ ਯਾਦ ਰੱਖਿਓ ਕਿ ਮੈਂ ਕੈਨੇਡਾ ਤੋਂ ਆਇਆ ਹੋਣ ਕਰਕੇ ਆਪਣਾ ਫਰਜ਼ ਸਮਝਦੇ ਹੋਏ ਤੁਹਾਡੇ ਬੇਟੇ ਨੂੰ ਚੁੱਕ ਕੇ ਹਸਤਾ ਲੈ ਆਇਆ ਪਰ ਨਾਲ ਹੀ ਮੈਨੂੰ ਇਹ ਵੀ ਸਮਝ ਆ ਗਿਆ ਕਿ ਇੱਥੇ ਦੇ ਲੋਕ ਸੜਕਾਂ ਉੱਤੇ ਮਰ ਰਹੇ ਜ਼ਖਮੀਆਂ ਦੀ ਮਦਦ ਕਿਉਂ ਨਹੀਂ ਕਰਦੇ ਤੁਹਾਡੇ ਬੇਟੇ ਦੀ ਕੀਤੀ ਹੋਈ ਮਦਦ ਦੀ ਕੀਮਤ ਤੁਹਾਡੀ ਪੁਲਿਸ ਨੇ 50000 ਲਾਈ ਹੈ ਮੈਂ ਤਾਂ ਕਮਲਾ ਸੀ ਜੋ ਉਹਨੂੰ ਚੁੱਕ ਲਿਆਇਆ ਮੈਨੂੰ ਲੋਕਾਂ ਵਾਂਗ ਇਹ ਨਹੀਂ ਸੀ ਪਤਾ ਕਿ ਇਸ ਹਮਾਕਤ ਬਦਲੇ ਮੋਟਾ ਖਰਚਾ ਨਾ ਭਰਨਾ ਪੈਣਾ ਹੈ ਹੱਦੀ ਹੋਈ ਪਈ ਹੈ ਭ੍ਰਿਸ਼ਟਾਚਾਰ ਵਾਲੀ ਤੁਸੀਂ ਮੈਨੂੰ ਅਸੀਸਾਂ ਭਾਵੇਂ ਨਾ ਦਿਓ ਪਰ ਪੁਲਿਸ ਦੇ ਕਿਰਦਾਰ ਬਾਰੇ ਕੁਝ ਸੋਚੋ ਕੈਨੇਡਾ ਚ ਕਿਸੇ ਪੁਲਿਸ ਵਾਲੇ ਨੂੰ ਦੇਖ ਕੇ ਲੋਕ ਹੌਸਲੇਜ ਹੋ ਜਾਂਦੇ ਨੇ ਕਿ ਚਲੋ ਹੁਣ ਮਦਦ ਆ ਗਈ ਇੱਥੇ ਤਾਂ ਜਾਨ ਮੋਟਾ ਚ ਆ ਜਾਂਦੀ ਹੈ ਵੀ ਪੁਲਿਸ ਆ ਗਈ ਹੁਣ ਕੀ ਬਣੋ ਦੀਪੇ ਨੇ ਡੀਐਸਪੀ ਦੀ ਪਤਨੀ ਅੱਗੇ ਸਭ ਖੁੱਲਮ-ਖੁਲੀਆਂ ਕਹਤੀਆਂ ਹੁਣ ਡੀਐਸਪੀ ਦੀ ਪਤਨੀ ਦੇ ਚਿਹਰੇ ਤੇ ਵੀ ਗੁੱਸਾ ਨੱਚਣ ਲੱਗ ਪਿਆ ਉਹਨੇ ਸਿੱਧਾ ਹੀ ਪੁੱਛ ਲਿਆ ਕਿਨੇ ਮੰਗੇ 50 ਹਜ਼ਾਰ ਤੋਂ ਹੱਥੋਂ ਦੀਪੇ ਨੇ ਗੱਜਣ ਸਿੰਘ ਵੱਲ ਨੂੰ ਦੇਖਦੇ ਆ ਕਿ ਆ ਮੌਕੇ ਦੇ ਅਫਸਰ ਨੇ ਸੁਣ ਕੇ ਉਸਔਰਤ ਦੀਆਂ ਅੱਖਾਂ ਲਾਲ ਹੋ ਗਈ ਉਹਨੇ ਪਹਿਲਾਂ ਬਹੁਤ ਗੁੱਸੇ ਨਾਲ ਗੱਜਣ ਸਿੰਘ ਵੱਲ ਵੇਖਿਆ ਫਿਰ ਮੁੜ ਕੇ ਆਪਣੇ ਪਤੀ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗ ਪਈ ਪਰ ਦਮਨ ਸਿੰਘ ਨੇ ਖਾ ਜਾਣ ਵਾਲੀਆਂ ਨਿਗਾਹਾਂ ਨਾਲ ਗੱਜਣ ਸਿੰਘ ਵੱਲ ਦੇਖਿਆ ਤੇ ਦੀਪੇ ਨੂੰ ਕਹਿਣ ਲੱਗਾ ਭਾਈ ਸਾਹਿਬ ਤੁਸੀਂ ਇਦਾਂ ਕਰੋ ਇੱਕ ਲਿਖਤੀ ਸ਼ਿਕਾਇਤ ਦਿਓ ਫਿਰ ਦੇਖਿਓ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਦੀਪਾ ਝੱਟ ਬੋਲ ਪਿਆ ਉਹ ਜਨਾਬ ਹੁਣ ਨਹੀਂ ਸਾਡੇ ਕੋਲ ਟਾਈਮ ਹੈ ਤੇ ਨਹੀਂ ਅਸੀਂ ਕਿਸੇ ਇੱਕ ਅੱਧੇ ਦੀ ਸ਼ਿਕਾਇਤ ਕਰਕੇ ਕੋਈ ਬਹੁਤ ਵੱਡਾ ਮਾਰਕਾ ਮਾਰ ਲੈਣਾ ਅਸਲ 'ਚ ਸਾਰਾ ਸਿਸਟਮ ਹੀ ਸੁਧਰਣ ਵਾਲਾ ਹੈ ਸਰ ਜੇ ਤੁਹਾਡੇ ਵਰਗੇ ਪੁਲਿਸ ਅਫਸਰ ਤਹੱਯਾ ਕਰ ਲੈਣ ਤਾਂ ਜ਼ਰੂਰ ਸੁਧਰ ਸਕਦਾ ਹੈ ਨਹੀਂ ਤਾਂ ਜਿਹੜੇ ਅੱਜ ਸਾਡੇ ਕੋਲੋਂ ਪੈਸੇ ਮੰਗਦੇ ਸੀ ਕੱਲ ਨੂੰ ਹੈਦਾਂ ਜੇ ਉਹਨਾਂ ਦੇ ਆਪਣੇ ਜਵਾਕ ਨੂੰ ਕੋਈ ਡਰੜ ਕੇ ਚਲਾ ਗਿਆ ਕਿਸੇ ਨੇ ਹੱਥ ਨਹੀਂ ਲਾਉਣਾ ਦੀਪੇ ਨੇ ਆਖਰੀ ਸ਼ਬਦ ਬਹੁਤ ਚਿੱਤ-ਚਿੱਤ ਕੇ ਕਹੇ ਗੱਜਣ ਸਿੰਘ ਨੂੰ ਧਰਤੀ ਵੇਲ ਨਹੀਂ ਸੀ ਦੇ ਰਹੀ ਉਹਨੇ ਆਪਣੀ ਨਜ਼ਰ ਧਰਤੀ 'ਚ ਗੱਡੀ ਹੋਈ ਸੀ ਆਖਰ ਪ੍ਰਦਮਨ ਸਿੰਘ ਨੇ ਜੇਬ 'ਚੋਂ ਆਪਣਾ ਕਾਰਡ ਕੱਢ ਕੇ ਦੀਪੇ ਵੱਲ ਵਧਾਉਂਦਿਆਂ ਕਿਹਾ ਛੋਟੀ ਵੀਰ ਇੱਥੇ ਜੋ ਵੀ ਹੋਇਆ ਉਸ ਵਾਸਤੇ ਮੈਂ ਤੁਹਾਨੂੰ ਮਾਫੀ ਮੰਗਦਾ ਤੁਸੀਂ ਮੇਰਾ ਕਾਰਡ ਰੱਖ ਲਓ ਕਦੇ ਵੀ ਕਿਸੇ ਵੀ ਥਾਂ ਜ਼ਰੂਰਤ ਹੋਵੇ ਬੇਚ ਜਗ ਫੋਨ ਕਰ ਲੈਣਾ ਨਾਲੇ ਹੁਣ ਦਿੱਲੀ ਤੱਕ ਜਾਂਦੇ ਆ ਕਿਤੇ ਵੀ ਕੋਈ ਪੁਲਿਸ ਵਾਲਾ ਰੋਕੇ ਇਹ ਕਾਰਡ ਦਿਖਾ ਦਿਓ ਕੋਈ ਤੁਹਾਨੂੰ ਕੁਝ ਨਹੀਂ ਕਹੇਗਾ ਦੀਪੇ ਨੇ ਕਾਰਡ ਫੜ ਕੇ ਜੇਬ 'ਚ ਪਾ ਲਿਆ ਨੇਚੇ ਨੂੰ ਭੀਰਾ ਗਾਂ ਹੋ ਕੇ ਕਹਿਣ ਲੱਗਾ ਜਨਾਬ ਮੇਰਾ ਨਾਮ ਬਲਬੀਰ ਸਿੰਘ ਹੈ ਇਹ ਟੈਕਸੀ ਮੇਰੀ ਹੈ ਆ ਮੇਰਾ ਡਰਾਈਵਰ ਪਾਲਾ ਹੈ ਜਨਾਬ ਤੁਹਾਡੇ ਬੇਟੇ ਨੂੰ ਹਸਪਤਾਲ ਲਿਆਉਣ ਵਾਸਤੇ ਮੈਂ ਹੀ ਇਹਨਾਂ ਤੇ ਜ਼ੋਰ ਪਾਇਆ ਸੀ ਮਿਹਰਬਾਨੀ ਕਰਕੇ ਇੱਕ ਕਾਰਡ ਮੈਨੂੰ ਵੀ ਦੇ ਦਿਓ ਮੈਨੂੰ ਤਾਂ ਇਹਦੀ ਲੋੜ ਬਹੁਤ ਪੈਂਦੀ ਰਹਿੰਦੀ ਹੈ ਇਹ ਸੁਣ ਕੇ ਦੀਪੇ ਤੇ ਪਾਲੇ ਨੇ ਹੈਰਾਨੀ ਜਈ ਨਾਲ ਵਾਲੇ ਸਾ ਭਰੇ ਪਰਦਮਨ ਸਿੰਘ ਦੇ ਚਿਹਰੇ ਤੇ ਹਲਕੀ ਜੀ ਮੁਸਕਾਨ ਖਿੰਡ ਗਈ ਉਹਨੇ ਆਪਣੀ ਪਤਨੀ ਵੱਲ ਦੇਖਿਆ ਉਹਦੀ ਪਤਨੀ ਨੇ ਅੱਖਾਂ ਹੀ ਅੱਖਾਂ ਚ ਕਾੜ ਦੇਣ ਲਈ ਹਾਮੀ ਭਰਤੀ ਇਸ ਤਰ੍ਹਾਂ ਇੱਕ ਕਾਰਡ ਵੀਰੇ ਨੂੰ ਵੀ ਮਿਲ ਗਿਆ ਜਦੋਂ ਦੀਪੇ ਹਣੀ ਸਭ ਨੂੰ ਫਤਿਹ ਬੁਲਾ ਕੇ ਉੱਥੋਂ ਤੁਰਨ ਲੱਗੇ ਪਰਦਮਨ ਸਿੰਘ ਦੀ ਪਤਨੀ ਨੇ ਅੱਗੇ ਹੋ ਕੇ ਦੀਪੇ ਨੂੰ ਕਿਹਾ ਭਾਜੀ ਤੁਸੀਂ ਆਪਣਾ ਬਾਹਰਲਾ ਫੋਨ ਨੰਬਰ ਦੇ ਕੇ ਜਾਓ ਜਦੋਂ ਵੀ ਪ੍ਰਤਾਪ ਠੀਕ ਹੋਇਆ ਮੈਂ ਉਸ ਕੋਲੋਂ ਤੁਹਾਨੂੰ ਜ਼ਰੂਰ ਫੋਨ ਕਰਵਾਵਾਂਗੀ ਦੀਪੇ ਨੇ ਜੇਬ ਚੋਂ ਇੱਕ ਕਾਗਜ਼ ਕੱਢ ਕੇ ਉਸਤੇ ਆਪਣਾ ਫੋਨ ਨੰਬਰ ਲਿਖ ਕੇ ਉਸ ਔਰਤ ਨੂੰ ਫੜਾ ਦਿੱਤਾ ਉਹਨਾਂ ਦੀ ਗੱਡੀ ਫੇਰ ਸੜਕ ਤੇ ਦੌੜ ਪਈ ਥੋੜਾ ਚਿਰ ਕੋਈ ਕੁਝ ਨਾ ਬੋਲਿਆ ਫਿਰ ਦੀਪੇ ਨੇ ਗੱਲ ਸ਼ੁਰੂ ਕੀਤੀ ਉਹ ਪਾਲੇ ਨੂੰ ਸੰਬੋਧਿਤ ਹੋਇਆ ਕਹਿਣ ਲੱਗਾ ਪਾਲੇ ਤੈਨੂੰ ਪਤਾ ਹੈ ਜਦੋਂ ਰੱਬ ਝੂਠ ਵੰਡਣ ਲੱਗਾ ਤਾਂ ਉਹਨੇ ਆਪਣੇ ਸਾਰੇ ਪਿੰਡ ਨੂੰ ਝੂਠ ਦੇ ਦੋ ਟਰੱਕ ਭਰ ਕੇ ਘੱਲੇ ਤੇ ਲੋ ਸਾਰੇ ਜਣੇ ਆਪੋ ਚ ਬਰਾਬਰ ਵੰਡ ਲਓ ਪਰ ਆਪਣਾ ਵੀਰਾ ਤਾਂ ਪੂਰਾ ਸੰਦਾ ਇਨੇ ਮੂਰੇ ਹੋ ਕੇ ਇੱਕ ਟਰੱਕ ਇਕੱਲੇ ਨਹੀਂ ਲਵਾ ਲਿਆ ਤੇ ਦੂਜੇ ਟਰੱਕ ਵਿੱਚੋਂ ਵੀ ਬਰਾਬਰ ਦਾ ਹਿੱਸਾ ਲੈ ਲਿਆ ਹੁਣ ਹਾਲਤ ਇਹ ਆ ਕਿ ਇਹ ਇਕੱਲਾ ਹੀ ਆਪਣੇ ਸਾਰੇ ਪਿੰਡ ਨਾਲੋਂ ਵੱਧ ਝੂਠ ਬੋਲਦਾ ਧਰਮ ਨਾਲ ਇਹਦੇ ਵਰਗਾ ਦੋ ਜੀਬਾ ਬੰਦਾ ਮੈਂ ਨਹੀਂ ਦੇਖਿਆ ਦੀਪੇ ਦੀ ਇਹ ਮਸ਼ਕਰੀ ਸੁਣ ਕੇ ਪਾਲੇ ਤਾਂ ਬਹੁਤ ਜ਼ੋਰ ਨਾਲ ਹਾਸਾ ਨਿਕਲ ਗਿਆ ਵੀਰਾ ਖਸਿਆ ਨਹੀਂ ਹਾਸੀ ਹੱਸਦਾ ਕਹਿਣ ਲੱਗਾ ਉਹ ਬੁਲੈਤੀਆ ਇਸ ਦੁਨੀਆ 'ਚ ਝੂਠ ਬੋਲੇ ਬਿਨਾਂ ਨਹੀਂ ਸਰਦਾ ਹਰ ਜ਼ਮਾਨੇ 'ਚ ਝੂਠ ਬੋਲਣਾ ਹੀ ਲੋਕਾਂ ਦੀ ਮਨਪਸੰਦ ਆਦਤ ਰਹੀ ਆ ਨਾਲੇ ਪੈਗੰਬਰ ਕਹਿ ਗਿਆ ਪੀ ਜਿਹੜਾ ਝੂਠ ਬੋਲ ਕੇ ਤੁਹਾਨੂੰ ਫਾਇਦਾ ਹੁੰਦਾ ਹੋਵੇ ਕਿਸੇ ਦੂਜੇ ਦਾ ਨੁਕਸਾਨ ਨਾ ਹੁੰਦਾ ਹੋਵੇ ਉਹ ਬੋਲ ਲੈਣਾ ਚਾਹੀਦਾ ਅੱਛਾ ਇਹ ਕਿਹੜੇ ਪੀਰ ਪੈਗੰਬਰ ਨੇ ਕਿਹਾ ਮੈਨੂੰ ਵੀ ਦੱਸ ਲੱਗਦਾ ਕਿ ਤੇ ਤੈਨੂੰ ਇਕੱਲੇ ਨੂੰ ਹੀ ਕਹਿ ਗਿਆ ਹੋਣਾ ਕੋਈ ਪੈਗੰਬਰ ਦੀਪੇ ਨੇ ਮਿੰਨਾ ਮਿੰਨਾ ਮੁਸਕਾਉਂਦੇ ਆ ਕਿ ਉਹ ਪਤੰਦਰਾ ਮੈਂ ਤਾਂ ਡੀਐਸਪੀ ਤੋਂ ਕਾਰਡ ਲੈਣ ਲਈ ਉਹਨੂੰ ਮਸਕਾ ਮਾਰਿਆ ਸੀ ਤੂੰ ਆਪ ਤਾਂ ਹੋਣਾ ਛੇੜ ਛਾੜ ਕੇ ਜਹਾਜ਼ੇ ਚੜ ਜਾਣਾ ਪਿੱਛੋਂ ਭੁਗਤਣਾ ਤਾਂ ਸਾਨੂੰ ਹੀ ਪੈਣਾ ਜੇ ਮੈਂ ਇਹ ਕੰਮ ਨਾ ਕਰਦਾ ਤੇ ਇਸ ਗੱਜਣ ਸਿੰਘ ਨੇ ਸਾਡੀ ਆਉਂਦਿਆਂ ਜਾਂਦਿਆਂ ਦੀ ਐਵੇਂ ਢਿਮਬਰੀ ਟੈਟ ਕਰੀ ਰੱਖਣੀ ਸੀ ਹੁਣ ਥੋੜਾ ਜੱਕਦਾ ਰੋ ਕਿ ਕਿਤੇ ਡੀਐਸਪੀ ਨੂੰ ਫੋਨ ਨਾ ਕਰ ਦੇਣ ਵੀਰੇ ਨੇ ਵਿੱਚਲੀ ਕੁੰਡੀ ਖੋਲੀ ਨਾ ਜੇ ਗੱਲ ਸੀ ਤਾਂ ਤੂੰ ਆਹ ਮੇਰੇ ਵਾਲਾ ਕਾਰਡ ਲੈ ਲੈਂਦਾ ਦੂਜਾ ਕੀ ਕਰਨਾ ਸੀ ਦੀਪੇ ਨੇ ਹੈਰਾਨ ਹੁੰਦੇ ਆ ਪੁੱਛਿਆ ਉਹ ਤਾਂ ਹੁਣ ਵੀ ਲੈ ਹੀ ਲੈਣਾ ਇੱਕ ਮੇਰੇ ਕੋਲ ਰੱਖ ਇੱਕ ਪਾਲੇ ਕੋਲ ਤੂੰ ਕਿਹੜਾ ਕਾਰਡ ਦਾ achar ਪਾਉਣਾ ਉੱਥੇ ਤੇ ਆ ਕਾਡੂ ਰੇ ਤੇਰੇ ਵਾਲਾ ਪਾਲੇ ਨੂੰ ਦੇਈਂ ਬੀਰੇ ਨੇ ਦੀਪੇ ਨੂੰ ਮੋਢੇ ਤੇ ਹਲਕੀ ਜੀ ਧੌਲ ਮਾਰਦਿਆਂ ਕਿਹਾ ਇਹ ਸੁਣ ਕੇ ਦੀਪੇ ਨੇ ਵੀ ਹੱਸਦਿਆਂ ਆਪਣਾ ਆਪਣੀ ਜੇਬ ਚੋਂ ਕਾਰਡ ਕੱਢ ਕੇ ਪਾਲੇ ਨੂੰ ਫੜਾਤਾ ਤੇ ਬੀਰੇ ਦੀ ਸਾੰਗ ਲਾਉਂਦੇ ਆ ਕਹਿਣ ਲੱਗਾ ਆਖੇ ਸਾਹਬ ਜੀ ਮੈਂ ਹੀ ਇਹਨਾਂ ਨੂੰ ਲੈ ਕੇ ਆਇਆ ਆ ਮੂੰਹ ਤਾਂ ਦੇਖ ਸਾਨੂੰ ਲਿਆਉਣ ਵਾਲੇ ਭਲੇ ਮਾਨਸ ਦਾ ਇਹ ਤਾਂ ਕਦੇ ਵੱਡੀ ਉਂਗਲੀ ਤੇ ਨਾ ਮੁੱਤੇ ਉਤੋਂ ਰਹਿਣ ਦੇ ਐਵੇਂ ਹੁਣ ਚਪੜ ਚਪੜ ਬਹੁਤੀਆਂ ਗੱਲਾਂ ਨਾ ਮਾਰੀ ਜਾ ਜੇ ਉਹ ਡੀਐਸਪੀ ਦਾ ਜਵਾਕ ਨਾ ਹੁੰਦਾ ਫੇਰ ਦੇਖਦਾ ਤੂੰ ਕਿਦਾਂ ਗੱਜਣ ਸਿਓ ਤੇਰੀਆਂ ਨੱਕ ਨਾਲ ਲਕੀਰਾਂ ਕਟਾਉਂਦਾ ਉਹਨੇ ਕੁੱਟ-ਕੁੱਟ ਕੇ ਤੇਰੀ ਪੋਪੋ ਲਾਲ ਕਰ ਦੇਣੀ ਸੀ ਤੇ ਤੂੰ ਸੇਕ ਦੇਣ ਲਈ ਲੋਗੜ ਭਾਲਦਾ ਫਿਰਦਾ ਸੀ ਵੱਡਾ ਕਲਾਲਾ ਤਰਪਿਆ ਮੋਠਾ ਦੀ ਛਾਵੇਂ ਬਹਿਣ ਵੀਰੇ ਨੇ ਨੱਕ ਜਿਆ ਚੜਾ ਕੇ ਟਕੋਰਾ ਦੀ ਝੜੀ ਲਾਤੀ ਉਹ ਰਹਿਣ ਦੇ ਵੀਰੇ ਐਵੇਂ ਜੱਕੜ ਨਾ ਵੱਢੀ ਜਾਇਆ ਕਰ ਗੁਰੂ ਦੀਆਂ ਫੌਜਾਂ ਇਹੋ ਜਿਹੀਆਂ ਗਿੱਦੜ ਪੱਪਕੀਆਂ ਤੋਂ ਨਹੀਂ ਡਰਦੀਆਂ ਦੀਪੇ ਨੇ ਨਹੰਗਾ ਦੀ ਸਾਂਗ ਲਾਉਂਦਿਆਂ ਕਿਆ ਇਦਾਂ ਟੀਚਰ ਮਸ਼ਕਰੀਆਂ ਕਰਦੇ ਕਰਦੇ ਵਕਤ ਦਾ ਪਤਾ ਹੀ ਨਾ ਲੱਗਿਆ ਤੇ ਦਿੱਲੀ ਪਹੁੰਚ ਵੀ ਗਏ ਫਲਾਈਟ ਦੇ ਜਾਣ 'ਚ ਜੇ 2 ਘੰਟੇ ਦਾ ਸਮਾਂ ਸੀ ਟੈਟੀਆਂ ਦਾ ਭਾਰਤ ਲਵਾਉਣ ਜਮਾ ਕਰਾਉਣ ਤੋਂ ਬਾਅਦ ਦੀਪੇ ਨੇ ਵੀਰੇ ਹੋਰਾਂ ਨੂੰ ਵਾਪਸ ਭੇਜ ਦਿੱਤਾ ਤੇ ਖੁਦ ਇੱਕ ਬੈਂਚ ਤੇ ਬੈਠ ਕੇ ਲਾਲੀ ਨੂੰ ਫੋਨ ਕਰ ਲਿਆ ਚੈਪਟਰ 12 ਦੀਪੇ ਨੂੰ ਸਰੀ ਆਏ ਨੂੰ 10-12 ਦਿਨ ਹੋ ਗਏ ਸਨ ਪਤਾ ਨਹੀਂ ਕਿਉਂ ਸਰੀ ਸ਼ੈਰ ਹੋਣ ਉਹਨੂੰ ਉਪਰੋਂ-ਉਪਰਾਂ ਜਿਹਾ ਲੱਗਦਾ ਸੀ ਲਾਲੀ ਦੀ ਅਣਹੋਂਦ ਉਹਨੂੰ ਅੰਦਰੋਂ-ਅੰਦਰ ਹੀ ਵੱਢੀ ਜਾ ਰਹੀ ਸੀ ਦੂਜੇ ਪਾਸੇ ਉਹ ਜਾਣਦਾ ਸੀ ਕਿ ਥੋੜ੍ਹਾ ਚਿਰਾਂ ਵਿਛੋੜਾ ਤਾਂ ਚੱਲਣਾ ਹੀ ਪੈਣਾ ਹੈ ਉਹ ਤਕਰੀਬਨ ਹਰ ਰੋਜ਼ ਤਰਕਾਲੀਨ ਲਾਲੀ ਨੂੰ ਫੋਨ ਕਰਦਾ ਘੰਟਿਆਂ ਬੱਧੀ ਗੱਲਾਂ ਕਰਦੇ ਰਹਿੰਦੇ ਕਈ ਵਾਰ ਤਾਂ ਦੀਪਾ ਰੋਟੀ ਪਾਣੀ ਵੀ ਨਾ ਬਣਾਉਂਦਾ ਤੇ ਲਾਲੀ ਦੀਆਂ ਮੁਹੱਬਤ ਭਰੀਆਂ ਗੱਲਾਂ ਨਾਲ ਰੱਜ ਕੇ ਸੌਂ ਜਾਂਦਾ ਲਾਲੀ ਹੁਣ ਆਪਣੇ ਪਿੰਡ ਆਪਣੇ ਮੰਮੀ ਡੈਡੀ ਉਹਨਾਂ ਕੋਲ ਹੀ ਰਹਿੰਦੀ ਸੀ ਦੀਪੇ ਨੇ ਇੱਕ ਵਕੀਲ ਨਾਲ ਗੱਲ ਕਰਕੇ ਲਾਲੀ ਦੇ ਵੀਜ਼ੇ ਲਈ ਦਰਖਾਸਤ ਦੇ ਦਿੱਤੀ ਤੇ ਕਾਗਜ਼ ਪੱਤਰ ਵਾਸਤੇ ਐਡਰੈਸ ਲਾਲੀ ਦੇ ਪਿੰਡ ਦਾ ਹੀ ਦਿੱਤਾ ਫਿਰ ਇੱਕ ਦਿਨ ਉਹਨੂੰ ਇੰਡੀਆ ਤੋਂ ਇੱਕ ਫੋਨ ਆਇਆ ਦੀਪੇ ਨੇ ਜਦੋਂ ਫੋਨ ਤੇ ਹੈਲੋ ਕਿਹਾ ਤਾਂ ਦੂਜੇ ਪਾਸੇ ਹੋਈ ਕੋਪਰੀ ਜੀ ਆਵਾਜ਼ ਆਈ ਸਤਿ ਸ੍ਰੀ ਅਕਾਲ ਸਰ ਮੈਂ ਪ੍ਰਤਾਪ ਬੋਲਦਾ ਇੰਡੀਆ ਤੋਂ ਕੁਝ ਚਿਰ ਸੋਚਣ ਤੋਂ ਬਾਅਦ ਦੀਪੇ ਨੇ ਕਿਹਾ ਸੌਰੀ ਜੀ ਮੈਂ ਪਛਾਣਿਆ ਨਹੀਂ ਪ੍ਰਤਾਪ ਕਾ ਸਰ ਮੈਂ ਡੀਐਸਪੀ ਪਰਦਮਨ ਸਿੰਘ ਦਾ ਬੇਟਾ ਜਿਹਨੂੰ ਤੁਸੀਂ ਹਸਪਤਾਲ ਲੈ ਕੇ ਗਏ ਸੀ ਪ੍ਰਤਾਪ ਨੇ ਆਪਣੀ ਜਾਣ ਪਛਾਣ ਕਰਾਈ ਉਹ ਹਾਂ ਹਾਂ ਸ਼ੇਰਾ ਕੀ ਹਾਲ ਚਾਲ ਹੁਣ ਤੇਰਾ ਸੱਟਾ ਫੇਟਾਂ ਠੀਕ ਹੋਈਆਂ ਤੇਰੀਆਂ ਦੀਪੇ ਨੇ ਕਾਲੀ ਨਾਲ ਪੁੱਛਿਆ ਹਾਂਜੀ ਸਰ ਹੁਣ ਮੈਂ ਬਿਲਕੁਲ ਠੀਕ ਹਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੇ ਤੁਸੀਂ ਮੈਨੂੰ ਹਸਪਤਾਲ ਨਾਲ ਲਿਜਾਉਂਦੇ ਤੇ ਸ਼ਾਇਦ ਮੈਂ ਅੱਜ ਇਸ ਦੁਨੀਆ 'ਚ ਨਾ ਹੁੰਦਾ ਮੁੰਡੇ ਨੇ ਬੜੇ ਸਲੀਕੇ ਨਾਲ ਕਿਹਾ ਉਹ ਨਾ ਨਵਾਨਾ ਇਦਾਂ ਨਹੀਂ ਕਹੀਦਾ ਗੱਬਰੂਆਂ ਨੂੰ ਤਾਂ ਅਜੇ ਬਹੁਤ ਦੁਨੀਆ ਵੇਖਣੀ ਐ ਰਾਜੀ ਰਹ ਨਾਲੇ ਅੱਗੇ ਤੂੰ ਸੜਕ ਤੇ ਧਿਆਨ ਨਾਲ ਡਰਾਈਵ ਕਰਿਆ ਕਰ ਇੰਡੀਆ 'ਚ ਡਰਾਈਵ ਕਰਦੇ ਆ ਆਪਣਾ ਬਚਾ ਆਪ ਹੀ ਕਰਨਾ ਪੈਂਦਾ ਪੁੱਤਰਾਂ ਨੂੰ ਕੁਝ ਹੋ ਜਾਏ ਤਾਂ ਮਾਪੇ ਪਹਿਲਾਂ ਹੀ ਮਰ ਜਾਂਦੇ ਆ ਸੋ ਬੀ ਵੈਰੀ ਕੇਅਰਫੁਲ ਓਕੇ ਦੀਪੇ ਨੇ ਮੁੰਡੇ ਨੂੰ ਸਮਝਾਉਤੀ ਦੇਣ ਚ ਕੋਈ ਕਸਰ ਨਾ ਰਹਿਣ ਦਿੱਤੀ ਜੀ ਸਰ ਮਮੀ ਨਾਲ ਗੱਲ ਕਰ ਲੋ ਇਹ ਆ ਕੇ ਮੁੰਡਾ ਫੋਨ ਆਪਣੀ ਮਾਂ ਨੂੰ ਫੜਾਉਣ ਲੱਗ ਪਿਆ ਹੈਲੋ ਸਸੀ ਕਾਲ ਛੋਟੇ ਵੀਰ ਮੈਂ ਸ਼ਾਮਕੌਰ ਬੋਲਦੀ ਆਂ ਪ੍ਰਤਾਪ ਦੀ ਮੰਮੀ ਫੋਨ ਦੇ ਦੂਜੇ ਪਾਸੇ ਆਵਾਜ਼ ਆਈ ਸਸੀ ਕਾਲ ਭੈਣ ਜੀ ਕੀ ਹਾਲ ਚਾਲ ਤੁਹਾਡਾ ਬੇਟਾ ਤਾਂ ਹੁਣ ਠੀਕ ਲੱਗਦਾ ਹੈ ਦੀਪੇ ਨੇ ਬੜੀ ਹਲੀਮੀ ਨਾਲ ਕਿਹਾ ਹਾਂਜੀ ਵੀਰ ਤੁਹਾਡੀ ਵਜ੍ਹਾ ਨਾਲ ਹੀ ਮੈਨੂੰ ਮੇਰਾ ਪੁੱਤਰ ਵਾਪਸ ਮਿਲਿਆ ਤੁਸੀਂ ਮੇਰੇ ਲਈ ਰੱਬ ਬਣ ਕੇ ਬੋੜੇ ਹੋ ਸ਼ਾਮਕੌਰ ਦੀ ਆਵਾਜ਼ ਭਾਰੀ ਹੋ ਗਈ ਨਹੀਂ ਨਹੀਂ ਭੈਣ ਜੀ ਮੈਂ ਤਾਂ ਸਿਰਫ ਇੱਕ ਇਨਸਾਨੀ ਫਰਜ਼ ਹੀ ਨਿਭਾਇਆ ਚਲੋ ਸ਼ੁਕਰ ਹੈ ਪ੍ਰਤਾਪ ਹੁਣ ਤੰਦਰੁਸਤ ਹੈ ਲੰਮੀ ਉਮਰਾਂ ਬਾਣੀ ਰੱਬ ਇਹਨੂੰ ਤਤੀਵਾ ਨਾ ਲਾਵੇ ਦੀਪੇ ਨੇ ਕਿਸੇ ਬਜ਼ੁਰਗ ਵਾਂਗ ਬੱਚੇ ਨੂੰ ਅਸੀਸਾਂ ਦਿੱਤੀਆਂ ਵੀਰ ਜੀ ਮੈਂ ਗੱਜਨ ਸਿੰਘ ਦੀ ਹਰਕਤ ਤੋਂ ਬਹੁਤ ਸ਼ਰਮਿੰਦਾ ਮੈਨੂੰ ਉਹ ਬੰਦਾ ਵਿਅਉ ਲੱਗਦਾ ਮੇਰੀ ਕਈ ਵਾਰ ਪ੍ਰਤਾਪ ਦੇ ਡੈਡੀ ਨਾਲ ਇਸ ਬਾਰੇ ਗੱਲ ਹੋਈ ਹੈ ਉਹ ਕਹਿੰਦੇ ਆ ਕਿ ਉਹਨੂੰ ਇੱਕ ਸੀਰੀਅਸ ਜਿਹਾ ਵਾਰਨਿੰਗ ਲੈਟਰ ਜਾਰੀ ਕੀਤਾ ਗਿਆ। ਬਾਕੀ ਵੀਰ ਜੀ ਤੁਸੀਂ ਸਾਡਾ ਨੰਬਰ ਨੋਟ ਕਰ ਲਓ। ਇਹ ਸਾਡਾ ਘਰ ਦਾ ਨੰਬਰ ਹੈ। ਕਦੇ ਵੀ ਤੁਹਾਨੂੰ ਕੋਈ ਵੀ ਕੰਮ ਹੋਵੇ ਮੈਨੂੰ ਆਪਣੀ ਵੱਡੀ ਭੈਣ ਸਮਝ ਕੇ ਫੋਨ ਕਰਿਓ। ਮੈਂ ਤੁਹਾਡਾ ਕੰਮ ਆਪ ਕਰਵਾ ਕੇ ਦਿਆਂਗੀ। ਸ਼ਾਮ ਘਰ ਆਪਣੀ ਔਲਾਦ ਦੇ ਪਿਆਰ ਚ ਭਾਵੁਕ ਹੋਈ ਪਈ ਸੀ। ਜੀ ਭੈਣ ਜੀ ਬਹੁਤ ਸ਼ੁਕਰੀਆ। ਮੈਨੂੰ ਕਦੇ ਵੀ ਕੋਈ ਕੰਮ ਹੋਇਆ ਮੈਂ ਤੁਹਾਨੂੰ ਹੀ ਫੋਨ ਕਰਾਂਗਾ। ਦੀਪੇ ਨੇ ਨਵੀਂ ਬਣੀ ਇਸ ਭੈਣ ਦੇ ਪਿਆਰ ਨੂੰ ਮਹਿਸੂਸ ਕਰਦਿਆਂ ਕਿਆ। ਇਸ ਵਿੱਚੋਂ ਕੁਝ ਹੋਰ ਸਰਸਰੀ ਗੱਲਬਾਤ ਕਰਕੇ ਉਹਨੇ ਫੋਨ ਕੱਟ ਦਿੱਤਾ ਦੀਪੇ ਦੇ ਇੰਡੀਆ ਜਾਣ ਮਗਰੋਂ ਮੀਤੇ ਨੇ ਉਹਦਾ ਬਿਜ਼ਨਸ ਸੋਹਣਾ ਸੰਭਾਲ ਲਿਆ ਦੀਪੇ ਦੇ ਜਾਣਕਾਰ ਡਿਵੈਲਪਰ ਜੋ ਕਿ ਸਰੀਚ ਘਰ ਤੇ ਟਾਊਨ ਹਾਊਸ ਬਣਾਉਂਦੇ ਸਨ ਉਹ ਮੀਤੇ ਨੂੰ ਆਪ ਹੀ ਫੋਨ ਕਰਕੇ ਕੰਮ ਦਿੰਦੇ ਰਹੇ ਦੀਪਾ ਹੁਣ ਕੰਮਕਾਰ ਥੋੜਾ ਹੋਰ ਵਧਾਉਣ ਬਾਰੇ ਸੋਚਣ ਲੱਗਾ ਕਿਥੇ ਉਹਨੇ ਸਰੀਚ ਆਪਣੇ ਵਾਸਤੇ ਨਵਾਂ ਘਰਬਾਰ ਬਣਾਉਣਾ ਸੀ ਉੱਥੇ ਹੀ ਭਾਰਤ ਵਿੱਚ ਕਈ ਪਰਿਵਾਰਾਂ ਦੀ ਮਦਦ ਕਰਨ ਦਾ ਕਾਲ ਵੀ ਨਿਭਾਉਣਾ ਸੀ ਉਹ ਪੰਜ ਸੱਤ ਦਿਨ ਨਵੇਂ ਗੋਰੇ ਡਿਵੈਲਪਰਾਂ ਦੇ ਮਗਰ ਫਿਰਦਾ ਰਿਹਾ ਕਈ ਥਾਵਾਂ ਤੇ ਉਹਨੇ ਕੰਮ ਵਾਸਤੇ ਕੋਟੇਸ਼ਨਾਂ ਕਿ ਦਿੱਤੀਆਂ ਆਖਰ ਉਹਦੀ ਮਿਹਨਤ ਕੰਮ ਆਈ ਤੇ ਇੱਕ ਗੋਰੇ ਡਿਵੈਲਪਰ ਨੇ ਉਹਨੂੰ ਕੰਮ ਦੇਣ ਦਾ ਵਾਅਦਾ ਕੀਤਾ ਉਸ ਗੋਰੇ ਦਾ ਨਾਮ ਜਾਰਜ ਸੀ ਛੇਤੀ ਇੱਕ ਜਗ੍ਹਾ ਉਹ ਪੰਜਾ ਟਾਊਨ ਹਾਊਸ ਬਣਾਉਣ ਜਾ ਰਿਹਾ ਸੀ ਮਿੱਤੇ ਦੀ ਪੜ੍ਹਾਈ ਦੁਬਾਰਾ ਸ਼ੁਰੂ ਹੋਣ ਵਾਲੀ ਸੀ ਇਸ ਲਈ ਦੀਪੇ ਨੂੰ ਨਾਲ ਕੰਮ ਕਰਨ ਵਾਲੇ ਦੋ ਤਿੰਨ ਨਵੇਂ ਬੰਦਿਆਂ ਦੀ ਭਾਲ ਸੀ ਥੋੜੇ ਦਿਨਾਂ ਦੀ ਕੋਸ਼ਿਸ਼ ਮਗਰੋਂ ਉਹਨੂੰ ਦੋ ਨਵੇਂ ਬੰਦੇ ਮਿਲ ਗਏ ਇਹ ਬੰਦੇ ਸਪੇਨ ਚ ਕੈਨੇਡਾ ਆਏ ਸਨ ਇਹਨਾਂ ਦੇ ਨਾਂ ਬੜੇ ਅਜੀਬ ਸਨ ਇੱਕ ਦਾ ਨਾਂ ਪੈੜਾ ਇੱਕ ਦਾ ਜੋਤਾ ਦੋਵੇਂ 30 ਤੋਂ 35 ਸਾਲ ਦੀ ਉਮਰ ਦੇ ਸਨ ਕੰਮ ਨੂੰ ਬਹੁਤ ਛੋਲੇ ਸੀ ਮਹੀਨਾ ਲੰਘਦੇ ਲੰਘਦੇ ਜੋਰਜ ਨੇ ਦੀਪੇ ਨੂੰ ਕੰਮ ਦੇ ਦਿੱਤਾ ਜੋਰਜ ਨੇ ਦੀਪੇ ਨੂੰ ਬਾਕੀ ਡਿਵੈਲਪਰਾਂ ਨਾਲੋਂ ਵੱਧ ਪੇ ਕਰਨ ਦਾ ਕਰਾਰ ਕੀਤਾ ਸੀ ਪਰ ਸ਼ਰਤ ਇਹ ਸੀ ਵੀ ਕੰਮ ਕੁਆਲਿਟੀ ਦਾ ਹੋਵੇ ਹੁਣ ਦੀਪੇ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗ ਰਿਹਾ ਸੀ ਵੀ ਕੰਮ ਦੀ ਕੋਈ ਸ਼ਿਕਾਇਤ ਨਾ ਆਵੇ ਉਹ ਪੁੰਡਿਆਂ ਦੇ ਨਾਲ ਹੋ ਕੇ ਕੰਮ ਕਰਦਾ ਉਹਨਾਂ ਵੱਲੋਂ ਕੀਤੇ ਹਰ ਕੰਮ ਦੀ ਆਪ ਕੋਕ ਪੜਤਾਲ ਕਰਦਾ ਕੰਮ ਵੱਧ ਜਾਣ ਨਾਲ ਦਿਨ ਵੀ ਛੇਤੀ ਲੰਘਣ ਲੱਗ ਪਏ ਇਸ ਦੌਰਾਨ ਲਾਲੀ ਤੇ ਕੈਨੇਡੀਅਨ ਅੰਬੈਸੀ ਵਿਚਾਲੇ ਵੀਜ਼ੇ ਲਈ ਚਿੱਠੀ ਪੱਤਰੀ ਸ਼ੁਰੂ ਹੋ ਗਈ ਲਾਲੀ ਨਾਲੋਂ ਨਾਲ ਸਾਰਾ ਹਾਲਚਲ ਦੀਪੇ ਨੂੰ ਦੱਸਦੀ ਰਹਿੰਦੀ ਇੱਕ ਦਿਨ ਲਾਲੀ ਨੇ ਫੋਨ ਤੇ ਕਿਹਾ ਵੀ ਦੀਪ ਤੁਹਾਨੂੰ ਪਤਾ ਹੈ ਜੈਸ ਫਿਰ ਇੰਡੀਆ ਆਈ ਹੋਈ ਹੈ ਇਸ ਵਾਰ ਉਹ ਆਪਣੇ ਜੱਦੀ ਪਿੰਡ ਚਾਚੀਆਂ ਤਾਇਆਂ ਕੋਲ ਹੀ ਰਹਿੰਦੀ ਹੈ ਇੱਕ ਦਿਨ ਮੈਨੂੰ ਮਿਲਣ ਆਈ ਸੀ ਉਹਨੇ ਪਾਲੇ ਵਾਲੀ ਟੈਕਸੀ ਪੱਕੀ ਕੀਤੀ ਹੋਈ ਹੈ ਪਾਲਾ तकरीबन ਉਹਨਾਂ ਦੇ ਪਿੰਡ ਹੀ ਰਹਿੰਦਾ ਹੈ ਦੀਪਾਏ ਸੁਣ ਕੇ ਹੈਰਾਨ ਰਹਿ ਗਿਆ ਜੈਸ ਪੰਜਾਂ ਕੁ ਮਹੀਨਿਆਂ ਚੋਂ ਦੁਬਾਰਾ ਇੰਡੀਆ ਚਲੀ ਗਈ ਫਿਰ ਉਹਨੂੰ ਧਿਆਨ ਆਇਆ ਕਿ ਉਹਨੇ ਆ ਕੇ ਜੈਸ ਨੂੰ ਫੋਨ ਵੀ ਨਹੀਂ ਕੀਤਾ ਅਗਲੇ ਦਿਨ ਹੀ ਉਹਨੇ ਜੈਸ ਦੀ ਮਾਂ ਅਮਰਜੀਤ ਨੂੰ ਫੋਨ ਕਰ ਲਿਆ ਸਰਸਰੀ ਗੱਲਬਾਤ ਵਿੱਚੋਂ ਦੀਪੇ ਨੇ ਜੈਸ ਦੇ ਫਿਰ ਦੁਬਾਰਾ ਇੰਡੀਆ ਜਾਣ ਦਾ ਕਾਰਨ ਪੁੱਛਿਆ ਅਮਰਜੀਤ ਕਹਿੰਨ ਲਗੀ ਪਤਾ ਨਹੀਂ ਪੁੱਤ ਉਹਨੂੰ ਕਾਲਜ 'ਚ ਚੌਂਕੂ ਹਫ਼ਤਿਆਂ ਦੀ ਛੁੱਟੀਆਂ ਆਈਆਂ ਕਹਿੰਦੀ ਮਮ ਮੈਂ ਇੰਡੀਆ ਜਾਣਾ ਪਿਛਲੀ ਵਾਰ ਉੱਥੇ ਮੇਰਾ ਬਹੁਤ ਕੁਝ ਦੇਖਣ ਵਾਲਾ ਰਹਿ ਗਿਆ ਸੀ ਤੇਰਾ ਅੰਕਲ ਕਹਿੰਦਾ ਚਲ ਚੰਗਾ ਹੈ ਇਸੇ ਪੱਜ ਨਾਲ ਇਹਦਾ ਇੰਡੀਆ ਨਾਲ ਮੂੰਹ ਬਣ ਤੇਰੇ ਅੰਕਲ ਨੇ ਆਪ ਹੀ ਟਿਕਟ ਲੈ ਦਿੱਤੀ ਇਹ ਤੋਂ ਪੁੱਛ ਅਮਰਜੀਤ ਉਸ ਕੋਲੋਂ ਇੰਡੀਆ ਦੀ ਫੇਰੀ ਵਿਆਹ ਦੇ ਬਾਰੇ ਹੋਰ ਸਵਾਲ ਪੁੱਛਦੀ ਰਹੀ ਤੇ ਦੀਪਾ ਸਾਰੇ ਸਵਾਲਾਂ ਦੇ ਵਿਸਥਾਰ ਨਾਲ ਜਵਾਬ ਦਿੰਦਾ ਰਿਹਾ ਫਿਰ ਦੀਪੇ ਨੇ ਛੇਤੀ ਵੈਨਕੂਵਰ ਉਹਨਾਂ ਨੂੰ ਮਿਲਣ ਆਉਣ ਦਾ ਵਾਅਦਾ ਕਰਕੇ ਫੋਨ ਕੱਟ ਦਿੱਤਾ ਵਿਆਹ ਵਾਲੇ ਕੇਸਾਂ 'ਚ ਕੈਨੇਡਾ ਦਾ ਵੀਜ਼ਾ ਛੇਤੀ ਮਿਲ ਜਾਂਦਾ ਹੈ 5.5 ਮਹੀਨਿਆਂ 'ਚ ਹੀ ਲਾਲੀ ਦੀ ਡਾਕਟਰੀ ਹੋ ਗਈ ਦੀਪੇ ਦੇ ਚਾਹ ਦੀ ਕੋਈ ਹੱਦ ਨਾ ਰਹੀ ਉਹ ਦਿਨ ਰਾਤ ਲਾਲੀ ਨਾਲ ਫੋਨ ਤੇ ਆਪਣੇ ਆਉਣ ਵਾਲੀ ਜ਼ਿੰਦਗੀ ਦੀਆਂ ਵਿਅੰਤਾਂ ਘੜਦਾ ਰਹਿੰਦਾ ਇਸ ਦੌਰਾਨ ਇੱਕ ਦਿਨ ਲਾਲੀ ਦੀਪੇ ਨੂੰ ਕਹਿਣ ਲੱਗੀ ਦੀਪ ਤਾਨੂੰ ਪਤਾ ਹੈ ਜੈਸੇ ਇੱਕ ਦਿਨ ਫੇਰ ਆਈ ਸੀ ਮੈਨੂੰ ਮਿਲਣ ਮੈਨੂੰ ਕਹਿੰਦੀ ਭਾਬੀ ਛੇਤੀ ਤੈਨੂੰ ਵੀਜ਼ਾ ਮਿਲ ਜਾਣਾ ਕੈਨੇਡਾ ਉਹਦੇ ਸਾਰੀ ਮੈਂ ਤਾਨੂੰ ਟ੍ਰਾਂਟੋ ਲੈ ਕੇ ਜਾਊ ਹਨੀਮੂਨ ਵਾਸਤੇ ਇਹ ਭਲਾਂ ਟ੍ਰਾਂਟੋ ਕੋਈ ਸ਼ਿਮਲੇ ਵਰਗਾ ਸ਼ਹਿਰ ਹੈ ਇਹ ਸੁਣ ਕੇ ਦੀਪਾ ਹੱਸ ਪਿਆ ਤੇ ਕਹਿਣ ਲੱਗਾ ਨਹੀਂ ਸੋਹਣੇ ਉਹ ਸ਼ਿਮਲੇ ਵਰਗਾ ਟ੍ਰਾਂਟੋ ਨਹੀਂ ਵੈਨਕੂਵਰ ਹੈ ਮਲਕੇ Shimla ਨਾਲੋਂ ਵੀ ਬਹੁਤ ਜ਼ਿਆਦਾ ਸੋਹਣਾ ਉਹ ਜਿੱਦਾਂ ਰਹਿੰਦੇ ਕਹਿੰਦੇ ਹੁੰਦੇ ਆ ਨਾ ਵੀ ਘਰ ਦੀ ਮੁਰਗੀ ਦਾਲ ਬਰਾਬਰ ਇਦਾਂ ਹੁਣ ਸਾਡੇ ਵੈਨਕੂਵਰੀਏ ਟ੍ਰਾਂਟੋ ਜਾਂ ਹੋਰ ਸ਼ਹਿਰਾਂ ਨੂੰ ਘੁੰਮਣ ਤੁਰ ਪੈਂਦੇ ਆ ਚਲ ਕੋਈ ਨਹੀਂ ਜੇ ਉਹ ਕਹਿੰਦੀ ਆ ਤਾਂ ਅਪਾ ਚਲੇ ਚੱਲਾਂਗੇ ਮੈਂ ਵੀ ਕਦੇ ਟ੍ਰਾਂਟੋ ਨਹੀਂ ਗਿਆ ਇਸੇ ਭੱਜ ਮੈਂ ਵੀ ਦੇਖ ਲਵਾਂ ਚੈਪਟਰ 13 ਲਾਲੀ ਦੇ ਵਿਆਹ ਤੋਂ ਬਾਅਦ ਨਿਮੀ ਕਾਫੀ ਉਦਾਸ ਰਹਿਣ ਲੱਗ ਪਈ ਹੁਣ ਉਹ ਇਕੱਲੀ ਸੌਂਦੀ ਸਾਰੀ ਰਾਤ ਸੋਚਾਂ ਚ ਲੰਗਾ ਛੜਦੀ ਉਹਨੂੰ ਲੱਗਦਾ ਵੀ ਲੋਕੋ ਦੇ ਬਾਰੇ ਜ਼ਰੂਰ ਗੱਲਾਂ ਕਰਦੇ ਹੋਣਗੇ ਵੀ ਬਾਹਰੋਂ ਆਏ ਮੁੰਡੇ ਨੇ ਵੱਡੀ ਭੈਣ ਛੱਡ ਕੇ ਛੋਟੀ ਪਸੰਦ ਕਰ ਲਈ ਦੀਪੇ ਦੇ ਕੈਨੇਡਾ ਵਾਪਸ ਜਾਣ ਪਿਛੋਂ ਭਾਵੇਂ ਲਾਲੀ ਪਿੰਡ ਵਾਪਸ ਆ ਗਈ ਸੀ ਪਰ ਉਹ ਹਮੇਸ਼ਾ ਦੀਪੇ ਦੇ ਖਿਆਲਾਂ 'ਚ ਹੀ ਗੁਆਚੀ ਰਹਿੰਦੀ ਘੰਟਿਆਂ ਬੱਧੀ ਉਹਨੂੰ ਫੋਨ ਕਰਦੀ ਰਹਿੰਦੀ ਖਿੜਖਿੜ ਹੱਸਦੀ ਰੋਸੇ ਲਾਉਂਦੀ ਫਰਮੈਸ਼ਾਂ ਕਰਦੀ ਇਹ ਦੇਖ ਦੇਖ ਕੇ ਨੀਮੀ ਦੇ ਦਿਲ ਨੂੰ ਡੋਬੂ ਜਾਂਦੇ ਰਹਿੰਦੇ ਉਹ ਕਾਲਜ ਤਾਂ ਜਾਂਦੀ ਪਰ ਉਹਦਾ ਪੜਾਈ ਚੁੱਕਾ ਹੀ ਜੀ ਨਾ ਲੱਗਦਾ ਉਨੇ ਫੋਨ ਤੋਂ ਜੈਲੇਦਾਰ ਨੰਬਰ ਬਲੌਕ ਕਰਤਾ ਸੀ ਇੱਕ ਦੋ ਵਾਰ ਜੈਲਾ ਸ਼ਹਿਰ ਉਹਦੇ ਸਾਹਮਣੇ ਆਇਆ ਤਾਂ ਉਹ ਪਾਸਾ ਵੱਟ ਕੇ ਲੰਘ ਗਈ ਉਹਨੂੰ ਲੱਗਣ ਲੱਗ ਪਿਆ ਸੀ ਵੀ ਜੈਲੇ ਨਾਲ ਇਸ਼ਕ ਵਾਲਾ ਚੈਪਟਰ ਹੁਣ ਤਕਰੀਬਨ ਖਤਮ ਹੋ ਚੁੱਕਾ ਹੈ ਵੀਜ਼ੇ ਲਈ ਡਾਕਟਰੀ ਤੋਂ ਬਾਅਦ ਲਾਲੀ ਨੇ ਕੈਨੇਡਾ ਲਿਜਾਣ ਵਾਸਤੇ ਸਮਾਨ ਖਰੀਦਣਾ ਪੈਕ ਕਰਨਾ ਸ਼ੁਰੂ ਕਰਤਾ ਹੁਣਮੀ ਹੋਰ ਵੀ ਹੋਰੂੰ ਹੋਰੂੰ ਜੀ ਹੋ ਗਈ ਦੀਪੇ ਨੇ ਲਾਲੀ ਨੂੰ ਸ਼ਾਪਿੰਗ ਲਈ ਪੈਸੇ ਕੱਲੇ ਸੀ ਤੇ ਉਹ ਕਾਫੀ ਮਹਿੰਗੇ ਮਹਿੰਗੇ ਸੂਟ ਖਰੀਦ ਰਹੀ ਸੀ ਲਾਲੀ ਤੇ ਪ੍ਰਕਾਸ਼ कौर ਅਕਸਰ ਜਲੰਧਰ ਜਾਂਦੀਆਂ ਝੋਲੇ ਪਰ ਪਰ ਕੇ ਕੱਪੜੇ ਲਿਆਉਂਦੀਆਂ ਕੱਲ ਤੱਕ ਉਹਦੇ ਲਾਹੇ ਸੂਟ ਪਾਉਣ ਵਾਲੀ ਲਾਲੀ ਅੱਜ ਪਟਰਾਣੀ ਬਣੀ ਫਿਰਦੀ ਸੀ ਨਿਮੀ ਅੰਦਰ ਦਿਨੋਂ ਦਿਨ ਆਪਣੀ ਭੈਣ ਪ੍ਰਤੀ ਸਾੜਾ ਵੱਧਾ ਜਾ ਰਿਹਾ ਸੀ ਫਿਰ ਇੱਕ ਦਿਨ ਰਾਣੋ ਦਾ ਫੋਨ ਆਇਆ ਕੈਨ ਲੱਗੀ ਕੁੜੇ ਪੈਣੇ ਤੇਰਾ ਜੈਲਾ ਕਈ ਦਿਨਾਂ ਤੋਂ ਮੈਨੂੰ ਫੋਨ ਕਰੀ ਜਾਂਦਾ ਹੈ ਕਹਿੰਦਾ ਹੁਣ ਮੈਂ ਸ਼ਰਾਬ ਵੀ ਛੱਡਤੀ ਹੈ ਹੋਰ ਨਸ਼ਾ ਪੱਤਾ ਵੀ ਤੇ ਮਿੰਤਾ ਪਾਈ ਜਾਂਦਾ ਕਿ ਇੱਕ ਵਾਰੀ ਨਿਮੀ ਨਾਲ ਮਿਲਾ ਦੇ ਦੱਸ ਹੁਣ ਕੀ ਜਵਾਬ ਦੇਂਦਾ ਰਾਣੂ ਤਾਂ ਨੂੰ ਪਤਾ ਹੀ ਆ ਬਈ ਕੀ ਜਵਾਬ ਦੇਣਾ ਹੈ ਉਹਨੂੰ ਕਹਿ ਬਈ ਉਹਨੇ ਆਪ ਹੀ ਰਿਸ਼ਤੇ ਦੀ ਕਬਰ ਪੁੱਟੀ ਹੈ ਭਲਾ ਤੂੰ ਦੱਸ ਰਾਣੂ ਹੁਣ ਸਾਡੇ ਘਰ ਚੋਂ ਉਹਨੂੰ ਕੌਣ ਕਬੂਲ ਕਰੂ ਸਾਡੇ ਘਰ ਚ ਤਾਂ ਜਦੋਂ ਵੀ ਚਾਰ ਜੀ ਜੁੜ ਕੇ ਬੈਠਦੇ ਆ ਉਦੋਂ ਹੀ ਲਾਲੀ ਦੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਤੇ ਫਿਰ ਇਸ ਲੱਗਦੇ ਪਏ ਛੇਤਰਾਂ ਦਾ ਜ਼ਿਕਰ ਹੋਣ ਲੱਗ ਪੈਂਦਾ ਨਿਮੀ ਨੇ ਰੋਸਾ ਜਿਹਾ ਲਾਉਂਦੀਆਂ ਕਿ ਆਹ ਉਹ ਤਾਂ ਤੇਰੀ ਗੱਲ ਠੀਕ ਆ ਪਰ ਨਿਮੀ ਉਹ ਤੇਰਾ ਪਹਿਲਾ ਪਿਆਰ ਆ ਜੇ ਸੁਧਰਦਾ ਤਾਂ ਤੈਨੂੰ ਇਹ ਉਹਨੂੰ ਇੱਕ ਮੌਕਾ ਦੇ ਦੇਣਾ ਚਾਹੀਦਾ ਜ਼ਿੰਦਗੀ ਤਾਂ ਤੁਸਾਂ ਦੋਹਾਂ ਨੇ ਕੱਟਣੀ ਆ ਕਰਦਿਆ ਨਹੀਂ ਬਾਕੀ ਤੇਰੀ ਮਰਜ਼ੀ ਰਾਣੋ ਨੇ ਗੱਲਾਂ-ਗੱਲਾਂ 'ਚ ਰਿਸ਼ਤਾ ਦੁਬਾਰਾ ਸ਼ੁਰੂ ਕਰਨ ਦੀ ਸਲਾਹ ਦਿੱਤੀ ਰਾਣੋ ਤੈਨੂੰ ਅਜੇ ਵੀ ਲੱਗਦਾ ਹੈ ਵੀ ਸਾਡਾ ਰਿਸ਼ਤਾ ਅੱਗੇ ਤੁਰ ਸਕਦਾ ਹੈ ਨਿੰਮੀ ਨੇ ਹੈਰਾਨ ਹੁੰਦੇ ਪੁੱਛੇ ਆਹੋ ਕਿਉਂ ਨਹੀਂ ਤੁਰ ਸਕਦਾ ਜੈਲੇ ਨੇ ਕਿਹੜਾ ਕਿਸੇ ਦਾ ਕਤਲ ਕੀਤਾ ਇੱਕ ਗਲਤੀ ਕੀਤੀ ਹੈ ਇੱਕ ਗਲਤੀ ਤਾਂ ਰੱਬ ਵੀ ਮਾਫ਼ ਕਰ ਦਿੰਦਾ ਨਾਲੇ ਤੂੰ ਦੱਸ ਵੀ ਤੈਨੂੰ ਜੈਲੇ ਨਾਲ ਪਿਆਰ ਨਹੀਂ ਹੈ ਪਹਿਲਾਂ ਰਾਣੋ ਨੇ ਹੋਰ ਸ਼ਬਦੀ ਤੀਰ ਛੱਡਿਆ ਅਸਲ 'ਚ ਜੈਲੇ ਨੇ ਮਿੱਠਾ ਪਿਆਰਾ ਬਣ ਕੇ ਉਹਨੂੰ ਐਨ ਸ਼ੀਸ਼ੇ 'ਚ ਲਾ ਲਿਆ ਸੀ। ਚੱਲ ਮੈਂ ਸੋਚ ਕੇ ਦੱਸਦੀ ਆਂ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਸੁਧਰੂਗਾ। ਨਿੰਮੀ ਅੰਦਰੋਂ ਅੰਦਰ ਮਿਲਣ ਲਈ ਥੋੜੀ ਤਿਆਰ ਹੁੰਦੀ ਜਾ ਰਹੀ ਸੀ। ਕਿਉਂ? ਸੁਧਰ ਕਿਉਂ ਨਹੀਂ ਸਕਦਾ? ਜੇ ਬੰਦਾ ਪੱਕਾ ਮਨ ਬਣਾ ਲਵੇ ਤਾਂ ਕੁਝ ਵੀ ਕਰ ਸਕਦਾ ਹੈ। ਮੈਂ ਤੈਨੂੰ ਦੋਕ ਦਿਨਾਂ ਤਾਈਂ ਫੋਨ ਕਰਦੀ ਆਂ। ਮੈਂ ਤੇਰੇ ਨਾਲ ਚੱਲੀ ਚੱਲੂ। ਬੈਠ ਕੇ ਉਹਨੂੰ ਚੰਗੀ ਤਰ੍ਹਾਂ ਘੋਖਾਂ ਪਰਖਾਂਗੇ। ਜੇ ਲੱਗੂ ਵੀ ਸੁਧਰਿਆ ਤਾਂ ਹੀ ਤੂੰ ਅੱਗੇ ਵਧੀਂ। ਰਾਣੋਂ ਨੇ ਹੌਸਲਾ ਦਿੰਦਿਆਂ ਕਿ ਇਸ ਪਿਟੂ ਹੋਇਆ ਜਿਹਦਾ ਰਾਣੂ ਨੂੰ ਅੰਦਾਜ਼ਾ ਸੀ ਨਿਮੀ ਨੇ ਜੈਲੇ ਨੂੰ ਮਿਲਣ ਦੀ ਹਾਮੀ ਭਰਤੀ ਰਾਣੂ ਨੇ ਜੈਲੇ ਨਾਲ ਗੱਲ ਕਰਕੇ ਸ਼ਹਿਰ ਕੇ ਕਿਸੇ ਰੈਸਟੋਰੈਂਟ ਵਿੱਚ ਮਿਲਣ ਦਾ ਪ੍ਰੋਗਰਾਮ ਬਣਾ ਲਿਆ ਮਿੱਥੇ ਦਿਨ ਰਾਣੂ ਤੇ ਨਿਮੀ ਪਹੁੰਚ ਗਈਆਂ ਜੈਲਾ ਨੀਲੇ ਕੁੜਤੇ ਪਜਾਮੇ 'ਚ ਬਹੁਤ ਹੀ ਫੱਬ ਰਿਆ ਸੀ ਉਹਦੀਆਂ ਅੱਖਾਂ ਵੀ ਪਹਿਲਾਂ ਵਾਂਗ ਚੜੀਆਂ ਹੋਈਆਂ ਨਹੀਂ ਸੀ ਲੱਗ ਰਹੀਆਂ ਬੜੀ ਹਲੀਮੀ ਨਾਲ ਨਿਮੀ ਨੂੰ ਮਿਲਣ ਪਿੱਛੋਂ ਨੇ ਚਾਹ ਦਾ ਆਰਡਰ ਦਿੱਤਾ ਫਿਰ ਬੜੇ ਤਹਮਮਲ ਨਾਲ ਉਹਨੇ ਗੱਲ ਸ਼ੁਰੂ ਕੀਤੀ ਨਿੰਮੀ ਸਭ ਤੋਂ ਪਹਿਲਾਂ ਤਾਂ ਲਾਲੀ ਦੇ ਵਿਆਹ ਤੇ ਜੋ ਕੁਝ ਹੋਇਆ ਉਹਦੇ ਲਈ ਮੈਂ ਤੇਰੇ ਕੋਲੋਂ ਮਾਫੀ ਮੰਗਦਾ ਅਸਲ 'ਚ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਆਪਣੀ ਲਾਲੀ ਦਾ ਵਿਆਹ ਹੈ ਨਹੀਂ ਤਾਂ ਮੈਂ ਘਰੋਂ ਹੀ ਨਹੀਂ ਆਉਣਾ ਸੀ ਨਾਲੇ ਗਲਤੀ ਤੇਰੀ ਵੀ ਐ ਤੂੰ ਮੈਨੂੰ ਦੱਸਣ ਦੀ ਤਾਂ ਮੈਂ ਕਾਹਨੂੰ ਆਉਂਦਾ ਉੱਥੇ ਅੱਛਾ ਇਹਦਾ ਮਤਲਬ ਜੋ ਤੂੰ ਕੀਤਾ ਉਹ ਠੀਕ ਸੀ ਮਤਲਬ ਲਾਲੀ ਦਾ ਵਿਆਹ ਨਾ ਹੋ ਕੇ ਕਿਸੇ ਹੋਰ ਦਾ ਹੁੰਦਾ ਤਾਂ ਚਿੱਤਰ ਚੁੱਤਰ ਖਾਣ ਵਾਲੀ ਖਾਣ ਨਾਲ ਤੇਨੂੰ ਕੋਈ ਫਰਕ ਨਹੀਂ ਸੀ ਪੈਂਦਾ ਨਹੀਂ ਮੈਨੇ ਅੱਗ ਬਬੂਲਾ ਹੁੰਦਿਆਂ ਕਿ ਉਹ ਨਹੀਂ ਯਾਰ ਗਲਤੀ ਮੇਰੇ ਕੋਲੋਂ ਸ਼ਰਾਬ ਨੇ ਕਰਾਈ ਆ ਮੈਂ ਹੁਣ ਸ਼ਰਾਬ ਛੱਡਦੀ ਸੱਚੀ ਮੇਰੇ ਕੋਲ ਜੀ ਦੀ ਮਰਜ਼ੀ ਸੌਂਚ ਕਾਲਾ ਹੁਣ ਨਹੀਂ ਪੈਂਦਾ ਦੇਖ ਮੇਰਾ ਤੇਰੇ ਤੇ ਕੋਈ ਜੋਰ ਨਹੀਂ ਪਰ ਯਾਰ ਮੈਂ ਤੈਨੂੰ ਪਿਆਰ ਕੀਤਾ ਹੈ ਪਿਛਲੇ 3-4 ਮਹੀਨਿਆਂ ਤੋਂ ਮੈਂ ਬੜੀ ਮੁਸ਼ਕਲਾ ਨਾਲ ਨਸ਼ਿਆਂ ਦੇ ਜਾਲ ਚੋਂ ਬਾਹਰ ਨਿਕਲਿਆ ਮੈਂ ਸੋਚਦਾ ਵੀ ਮੈਂ ਆਪਣਾ ਇੱਕ ਐਂਟਰਟੇਨਮੈਂਟ ਗਰੁੱਪ ਬਣਾ ਲਵਾਂ ਇਹਦੇ 'ਚ ਸੋਹਣੀ ਕਮਾਈ ਆ ਇੱਕ ਵਾਰੀ ਸੈਟ ਜਿਆ ਹੋ ਗਿਆ ਤਾਂ ਫਿਰ ਤੇਰੇ ਡੈਡੀ ਕੋਲੋਂ ਤੇਰਾ ਹੱਥ ਮੰਗ ਲਵਾਂ ਮਗਰੋਂ ਆਪਾਂ ਕੋਈ ਹੋਰ ਕਾਰੋਬਾਰ ਕਰ ਲਾਂਗੇ ਪਲੀਜ਼ ਮੈਨੂੰ ਇੱਕ ਮੌਕਾ ਦੇ ਦੇ ਨੀ ਪਲੀਜ਼ ਪਲੀਜ਼ ਇਹ ਕਹਿੰਦੇ ਆ ਜੈਲਾ ਤਰਲੇਦਾਈ ਰੂਪ ਹੋ ਗਿਆ ਨਾ ਤੈਨੂੰ ਇਸ ਨੱਚਣ ਗਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲੱਗਦਾ ਮੈਨੂੰ ਤੇਰਾ ਨਚਾਰ ਪੁਣਾ ਜਿਆ ਰਤਾ ਚੰਗਾ ਨਹੀਂ ਲੱਗਦਾ ਬੰਦਾ ਕੋਈ ਇੱਜ਼ਤ ਵਾਲਾ ਕੰਮ ਕਰੇ ਨੀ ਮੀ ਉਹਨੂੰ ਫੇਰ ਟੁੱਟ ਕੇ ਪੈਗੀ ਯਾਰ ਰਾਨੋ ਤੂੰ ਹੀ ਸਮਝਾ ਇਹਨੂੰ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਐਂਟਰਟੇਨਮੈਂਟ ਗਰੁੱਪਾਂ ਵਾਲੇ ਅਨਮੂਹਾ ਪੈਸਾ ਬਣਾਉਂਦੇ ਆ ਨਾਲੇ ਗਰੁੱਪ ਦੇ ਮਾਲਕ ਆਪ ਥੋੜਾ ਸਟੇਜ ਤੇ ਨੱਚਦੇ ਆ ਉਹ ਤਾਂ ਸਿਰਫ ਕਲਾਕਾਰਾਂ ਕਲਾਕਾਰ ਅਰੇਂਜ ਕਰਦੇ ਆ ਤੇ ਪ੍ਰੋਗਰਾਮ ਬੁੱਕ ਕਰਦੇ ਆ ਮੰਜਾ ਪਲੀਜ਼ ਇਹ ਕਹਿੰਦੀ ਐ ਅੰਜਲੇ ਨੇ ਨਿਮੀ ਦਾ ਹੱਥ ਫੜ ਲਿਆ ਚਲ ਨਿਮੀ ਜੇ ਕਹਿੰਦਾ ਤਾਂ ਕਰ ਲੈਣ ਦੇ ਲੋਕ ਵੀ ਕਰਦੇ ਹੀ ਆ ਹੁਣ ਜੇ ਤੂੰ ਇਹਦਾ ਸਾਥ ਨਾ ਦੇਂਗੀ ਤਾਂ ਹੋਰ ਕੌਣ ਦਊ ਰਣੋਂ ਨੇ ਨਿਮੀ ਦੀਆਂ ਅੱਖਾਂ 'ਚ ਦੇਖਦੇ ਆਂ ਕਿ ਚਲ ਠੀਕ ਆ ਜੋ ਵੀ ਕਰਨਾ ਕਰੇ ਪਰ ਸਾਲ ਦੇ ਵਿੱਚ ਵਿੱਚ ਆਪਣੇ ਪੈਰਾਂ ਤੇ ਖੜਾ ਹੋ ਕੇ ਦਿਖਾਵੇ ਨਾਲੇ ਜੇ ਮੁੜ ਕੇ ਮੈਂ ਕੋਈ ਨਸ਼ਾ ਪੱਤਾ ਕੀਤਾ ਦੇਖ ਲਿਆ ਤਾਂ ਮੈਂ ਕਿਸੇ ਬਾਹਰਲੇ ਮੁੰਡੇ ਨਾਲ ਵਿਆਹ ਕਰਾ ਕੇ ਤੈਨੂੰ ਦਬਾਓ ਜਾਣਾ ਨਿੰਮੀ ਆਪਣਾ ਫੈਸਲਾ ਸੁਣਾਉਂਦੀ ਹੋਈ ਖਿਜੀ ਪਈ ਸੀ ਉਹ ਮੇਰੀ ਚੰਨੀਏ ਤੂੰ ਦੇਖੀ ਸਹੀ ਸਾਲ 'ਚ ਮੈਂ ਕੀ ਤੋਂ ਕੀ ਬਣ ਕੇ ਦਿਖਾਉਣਾ ਤੈਨੂੰ ਤੂੰ ਮੇਰੇ ਨਾਲ ਗੁੱਸੇ ਨਾ ਹੋਇਆ ਕਰ ਇਹ ਕਹਿੰਦੇ ਆ ਜੈਲੇ ਨੇ ਫਿਰ ਨਿੰਮੀ ਦਾ ਹੱਥ ਘੁੱਟ ਦਿੱਤਾ ਇਸ ਵਾਰ ਨਿੰਮੀ ਵੀ ਬੁੱਲਾਂ 'ਚ ਹਲਕਾ ਜਿਹਾ ਮੁਸਕਰਾ ਪਈ ਇਸ ਤਰ੍ਹਾਂ ਰਾਣੋਂ ਦੀਆਂ ਕੋਸ਼ਿਸ਼ਾਂ ਸਦਕਾ ਨਿੰਮੀ ਤੇ ਜੈਲੇ ਦੀ ਸੁਲ੍ਹਾ ਹੋ ਗਈ ਹੁਣ ਨਿੰਮੀ ਦੂਜੇ ਤੀਜੇ ਜੈਲੇ ਨਾਲ ਬਹਿ ਕੇ ਚਾਹ ਪਾਣੀ ਪੀ ਲੈਂਦੀ ਉਹ ਖੁਸ਼ ਸੀ ਵੀ ਚਲੋ ਜੈਲੇ ਨੇ ਨਸ਼ਾ ਪਾਣੀ ਕਰਨਾ ਛੱਡ ਦਿੱਤਾ ਫਿਰ ਇੱਕ ਦਿਨ ਲਾਲੀ ਦਾ ਵੀਜ਼ਾ ਆ ਗਿਆ ਸਾਰੇ ਘਰ ਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਨਿੰਮੀ ਦਾ ਦਿਲ ਸੜ ਪੁੱਜ ਗਿਆ ਉਹਨੇ ਉੱਪਰ ਉੱਪਰ ਲਾਲੀ ਨੂੰ ਵਧਾਈਆਂ ਦਿੱਤੀਆਂ ਤੇ ਫਿਰ ਅੰਦਰ ਵੜ ਕੇ ਲੰਮੀ ਪੈ ਗਈ ਦੀਪੇ ਦੇ ਜ਼ੋਰ ਬੌਣ ਤੇ ਹਫਤੇ ਚ ਹੀ ਲਾਲੀ ਦੀ ਟਿਕਟ ਕਰਾਤੀ ਗਈ ਜ਼ੋਰ ਸ਼ੋਰ ਨਾਲ ਉਹਦੇ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਦੋ ਦਿਨਾਂ ਬਾਅਦ ਜੈਲੇ ਨੇ ਫੋਨ ਤੇ ਨਿੰਮੀ ਨੂੰ ਕਿਹਾ ਨਿੰਮੀ ਮੇਰੇ ਉਸੇ ਦੋਸਤ ਦੀ ਕੋਠੀ ਆਉਂਦੇ ਸੋਮਵਾਰ ਨੂੰ ਖਾਲੀ ਹੈ ਮਿਲੀਏ ਨਾ ਉੱਥੇ ਨਹੀਂ ਜੈਲੇ ਸੋਮਵਾਰ ਨੂੰ ਲਾਲੀ ਨੇ ਕੈਨੇਡਾ ਨੂੰ ਜਾਣਾ ਮੈਂ ਉਧਰ ਨਹੀਂ ਆ ਸਕਦੀ ਨਾਲੇ ਪਹਿਲਾਂ ਜੋ ਹੋ ਗਿਆ ਸੋ ਹੋ ਗਿਆ ਪਰ ਹੁਣ ਆਪਾਂ ਵਿਆਹ ਤੋਂ ਬਾਅਦ ਹੀ ਕਰਨਾ ਉਹ ਕੰਮ ਨਿਮੀ ਨੇ ਜੈਲੇ ਨੂੰ ਲਾਲ ਛੰਡੀ ਦਿਖਾਈ ਜੇ ਤੋਂ ਬਾਅਦ ਜੈਲੇ ਨੇ ਇਸ ਬਾਰੇ ਹੋਰ ਕੋਈ ਗੱਲ ਨਾ ਕੀਤੀ ਪ੍ਰਕਾਸ਼ ਕੌਰ ਤੇ ਪ੍ਰੇਮ ਸਿੰਘ ਹੁਣ ਲਾਲੀ ਦਾ ਬਹੁਤ ਹੀ ਤੇਜ਼ਿਆ ਕਰਨ ਲੱਗ ਪਏ ਸੀ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਦੀ ਧੀ ਨੇ ਥੋੜੇ ਦਿਨਾਂ ਚ ਪਰਦੇਸਨ ਹੋ ਜਾਣਾ ਉਹ ਘੜੀ ਮੁੜੀ ਲਾਲੇ ਨੂੰ ਲਾਲੀ ਨੂੰ ਕਿਸੇ ਨਾ ਕਿਸੇ ਪੱਜ ਨਾਲ ਗਲਵੱਕੜੀ ਚ ਲੈ ਲੈਂਦੇ ਇਹ ਦੇਖ ਕੇ ਨਿਮੀ ਸੜ ਬਲ ਕੇ ਕੋਲੇ ਹੋ ਜਾਂਦੇ ਲਾਲੀ ਨੂੰ ਨਿੰਮੀ ਦੇ ਅੰਦਰਲੇ ਸਾੜੇ ਦੀ ਕੋਈ ਸਾਰ ਨਹੀਂ ਸੀ ਉਹਨੂੰ ਦੀਦੀ ਦੀਦੀ ਕਹਿੰਦੀ ਨਾ ਥੱਕਦੀ ਇੱਕ ਦਿਨ ਪ੍ਰਕਾਸ਼ ਕੌਰ ਨਿੰਮੀ ਨੂੰ ਕਹਿਣ ਲੱਗੀ ਕੁੜੇ ਨਿੰਮੀ ਤੂੰ ਕਾਲਜ ਤੋਂ ਚਾਹ ਪੰਜ ਦਿਨਾਂ ਦੀਆਂ ਛੁੱਟੀਆਂ ਲੈ ਲੈ ਤੇਰੀ ਭੈਣ ਨੇ ਦੂਰ ਚਲੀ ਜਾਣਾ ਤੂੰ ਤਾਂ ਦੋ ਚਾਰ ਦਿਨ ਇਹਦੇ ਨਾਲ ਰਹਿ ਫਿਰ ਪਤਾ ਨਹੀਂ ਤੁਸੀਂ ਵਿਛੜੀਆਂ ਕੁੰਜਾਂ ਨੇ ਕਦੋਂ ਮਿਲਣਾ ਹੈ ਇਹ ਸੁਣ ਕੇ ਨਿੰਮੀ ਝਟ ਬੋਲ اٹਹੀ ਨਹੀਂ ਮੰਮੀ ਅਸਲ 'ਚ ਮੇਰੇ ਪੇਪਰ ਆ ਮੈਂ ਛੁੱਟੀ ਨਹੀਂ ਕਰ ਸਕਦੀ ਸਗੋਂ ਮੇਰਾ ਤਾਂ ਸੋਮਵਾਰ ਨੂੰ ਵੀ ਪੇਪਰ ਆ ਲਾਲੀ ਦੇ ਜਾਣ ਦੇ ਟਾਈਮ ਤੱਕ ਮੈਂ ਪੇਪਰ ਦੇ ਰਹੀ ਹੁਣ ਇਹ ਸੁਣ ਕੇ ਪ੍ਰਕਾਸ਼ ਕੌਰ ਨੇ ਹੈਰਾਨੀ ਜੀ ਜ਼ਾਹਰ ਕਰਦੇ ਕਿ ਹਾਂ ਕੁੜੇ ਆਪਣੀ ਭੈਣ ਨੂੰ ਤੋਰੇਂਗੇ ਨਾ ਤੂੰ ਮੈਂ ਸਵੇਰੇ ਮਿਲ ਕੇ ਚਲੀ ਜਾਉ ਕਾਲਜ ਪੇਪਰ ਨਹੀਂ ਛੱਡ ਸਕਦੀ ਨਾ ਨਿਮੀ ਝੂਠ ਤੇ ਝੂਠ ਬੋਲੀ ਜਾ ਰਹੀ ਸੀ ਅਸਲ ਚ ਲਾਲੀ ਨੂੰ ਸੁਪਨਿਆਂ ਦੀ ਦੁਨੀਆ ਚ ਜਾਂਦਿਆਂ ਦੇਖਣਾ ਉਹਦੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਜਦੋਂ ਉਹਨੇ ਦੇਖਿਆ ਕਿ ਮਾਂ ਨੇ ਛੁੱਟੀ ਬਾਰੇ ਜ਼ਿਆਦਾ ਜ਼ਿੱਦ ਨਹੀਂ ਕੀਤੀ ਤਾਂ ਉਹਨੇ ਕੁਝ देर ਸੋਚ ਕੇ ਸੋਮਵਾਰ ਜੈਲੇ ਨੂੰ ਮਿਲਣ ਵਾਸਤੇ ਹਾਮੀ ਭਰ ਦਿੱਤੀ ਸੱਚਮੁੱਚੀ ਨਿੰਮੀ ਨੇ ਕੋਈ ਛੁੱਟੀ ਨਾ ਕੀਤੀ ਲਾਲੀ ਨੇ ਵੀ ਨਿੰਮੀ ਦੀ ਮਜਬੂਰੀ ਸਮਝ ਕੇ ਕੋਈ ਬੁਰਾ ਨਾ ਮਨਾਇਆ ਸਗੋਂ ਨੇ ਨਿੰਮੀ ਨੂੰ ਹਲਾਸ਼ੇਰੀ ਦਿੰਦੇ ਆ ਕਿ ਆ ਦੀਦੀ ਤੁਸੀਂ ਆਪਣੇ ਪੇਪਰ ਜ਼ਰੂਰ ਦਿਓ ਇਹ ਜ਼ਿਆਦਾ ਜ਼ਰੂਰੀ ਨਹੀਂ ਮੇਰੇ ਇੱਕ ਦੋ ਦਿਨ ਬਦਲੇ ਤੁਸੀਂ ਆਪਣਾ ਸਾਲ ਕਾ ਨੂੰ ਖਰਾਬ ਕਰਨਾ ਧੰਨਵਾਦ ਚਲਦਾ